ਮਿੱਟੀ ਦਾ ਪੁਤਲਾ ਬਣਿਆ ਹੋਇਆ, ਜਿਵੇਂ ਅਸੀਂ ਸਨੋ ਪੈਂਦੀ ਉਹਦਾ ਇੱਕ ਪੁਤਲਾ ਬਣਾ ਦਿੰਦੇ ਹਾਂ, ਇੱਕ ਐਨਰਜੀ ਦਾ ਪੁਤਲਾ ਬਣਿਆ ਹੋਇਆ। ਜਿਵੇਂ ਆਪਾਂ ਮਾਟੀ ਕੋ ਪੁੱਤਰਾ ਕਹਿੰਦੇ, ਵੇਖੋ ਕਿਵੇਂ ਨੱਚਦਾ ਫਿਰਦਾ, ਕਿੱਦਾਂ ਕਿੱਦਾਂ ਦੀਆਂ ਖੇਡਾਂ ਕਰਦਾ। ਭਾਈ ਬੱਚੇ ਪਾਲਣ ਲਈ, ਟੱਬਰ ਪਾਲਣ ਲਈ ਕਮਾਈ ਜ਼ਰੂਰ ਕਰਨੀ ਹੈ, ਪਰ ਕਮਲੇ ਨਹੀਂ ਬਣਨਾ। ਆਹ ਸ਼ਬਦ ਜੇ ਕਿਤੇ ਗੋਰਿਆਂ ਨੂੰ ਸੁਣਾਈਏ ਇੱਥੋਂ ਵਾਲਿਆਂ ਨੂੰ, ਵੀ ਸਾਡੇ ਗੁਰੂ ਸਾਹਿਬ ਕਹਿੰਦੇ ਆ ਜੋੜਿਆ ਜਾੜਿਆ ਨਾ ਕਰੋ, ਦਿਨ ਰਾਤ ਕਮਲਿਆਂ ਵਾਂਗੂ ਭੱਜਿਆ ਨਾ ਕਰੋ। ਕਹੇਗਾ ਤੂੰ ਸੁਣ ਲੈ, ਅਸੀਂ ਤਾਂ ਭੱਜਦੇ ਨਹੀਂ ਤੁਹਾਡੇ ਵਾਂਗੂ, ਕਹਿਣਗੇ ਨਾ ਸਾਨੂੰ। ਉਹਨਾਂ ਨੂੰ ਬਿਠਾ ਕੇ ਕਹੋ ਆ ਜਾਓ ਤੁਹਾਨੂੰ ਗੱਲ ਦੱਸੀਏ। ਉਹ ਕਹਿਣਗੇ ਕੀ ਸਾਡੀ ਬਾਣੀ 'ਚ ਮਹਾਰਾਜ ਨੇ ਬੜਾ ਕੁਝ ਦੱਸਿਆ। ਕੀ ਦੱਸਿਆ? ਉਹਨੂੰ ਭਾਈ ਗੁਰਦਾਸ ਜੀ ਦਾ ਬਚਨ ਸੁਣਾ। ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਨੁ ਕੁਟੰਬ ਸੁਤ ਬਾਂਧਵ ਨਾ ਪ੍ਰਾਤਾ ਹੈ। ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਧ ਪਰ ਮਾਤਾ ਮਾਮੀ ਮਾਮਾ ਮਾਸੀਓ ਮਾਸਾ ਬਿਬਧ ਬਖਿਆਤਾ ਹੈ। ਨਹੀਂ ਸਸੁਰਾਰ ਸਾਸ ਸਾਸਰੋ ਸਾਰੋ ਸਾਰੀ ਨਹੀਂ ਬਿਰਤੀ ਸੁਰ ਜਾਚਕ ਨਾ ਦੱਤਾ ਹੈ। ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਕਹਿੰਦੇ ਦਾਦਕਿਆਂ 'ਚ ਕੋਈ ਨਹੀਂ, ਸਾਰੇ ਗਿਣਤੇ ਵਿਸਥਾਰ ਕਰਨ ਦੀ ਲੋੜ ਨਹੀਂ, ਸਮਝ ਆ ਹੀ ਰਹੀ ਹੈ। ਦਾਦਕਿਆਂ 'ਚ ਕੋਈ ਨਹੀਂ, ਨਾਨਕਿਆਂ 'ਚ ਕੋਈ ਨਹੀਂ, ਸਹੁਰਿਆਂ 'ਚ ਕੋਈ ਨਹੀਂ। ਅਸਲ ਨਾਤਾ ਸਿੱਖ ਦਾ ਅਤੇ ਗੁਰੂ ਦਾ ਮਤਲਬ ਗਿਆਨ ਨਾਲ ਨਾਤਾ ਪਾ ਵਧੀਆ ਇਹ ਹੈ। ਕਿਉਂਕਿ ਬੱਚੇ ਨਾਲ ਜਿੰਨਾ ਮਰਜ਼ੀ ਪਿਆਰ ਕਰ ਲਾ, ਅਗਲੇ ਦੇ ਵੀ ਬੱਚੇ ਹੋਣੇ ਨੇ ਗਾਂ, ਆਪਣੇ ਬੱਚਿਆਂ ਨਾਲ ਵੀ ਪਿਆਰ ਕਰਨਾ। ਜਿੰਨਾ ਮਰਜ਼ੀ ਮਾਂ ਨਾਲ ਪਿਆਰ ਕਰ ਲਵੇ, ਗਾਂ ਜਿਹੜੀ ਵਿਆਹ ਕੇ ਲਿਆਂਦੀ ਉਹਦੀ ਵੀ ਗੱਲ ਸੁਣਨੀ ਪੈਣੀ ਹੈ, ਉਹਨੇ ਉੱਧਰ ਵੀ ਜਾਣਾ ਹੀ ਜਾਣਾ। ਮਤਲਬ ਨਾਤਾ ਜਿਹੜਾ ਆ ਗਿਆਨਵਾਨ ਹੋਣਾ ਜ਼ਿਆਦਾ ਜ਼ਰੂਰੀ ਹੈ, ਸਮਝਦਾਰ ਹੋਣਾ ਜ਼ਿਆਦਾ ਜ਼ਰੂਰੀ, ਸਭ ਤੋਂ ਵਧੀਆ ਨਾਤਾ। ਹੁਣ ਗੋਰਿਆਂ ਨੂੰ ਸਮਝਾਓ ਕੁਛ ਨਾਲ ਨਹੀਂ ਜਾਣਾ, ਬੱਚਿਆਂ ਦਾ ਬਸ ਮੋਹ ਇੰਨਾ ਨਹੀਂ। ਉਹ ਕਹੇਗਾ ਮੋਹ 'ਚ ਤਾਂ ਤੁਸੀਂ ਫਸੇ ਹੈ, ਅਸੀਂ ਤਾਂ ਨਿਕਲੇ ਹੋਏ ਹਾਂ, ਅਸੀਂ ਤਾਂ 18 ਸਾਲ ਬਾਅਦ ਕਹਿੰਦੇ ਚੱਲ ਘਰੋਂ ਬਾਹਰ। ਅਤੇ ਤੁਸੀਂ ਜੇ ਬੱਚਾ 40 ਸਾਲ ਦਾ ਵੀ ਹੋਵੇ ਕਵੇ ਮੈਂ ਅੱਡ ਹੋਣਾ ਸਾਡਾ, ਤਾਂ ਵੀ ਰੋਣਾ ਪਿੱਟਣਾ ਪੈ ਜਾਂਦਾ ਵੀ ਐਂ ਨਹੀਂ ਹੋਣ ਦੇਣਾ। ਇਹ ਤਾਂ ਤੁਸੀਂ ਸਮਝੋ, ਅਸੀਂ ਥੋੜ੍ਹਾ ਇੱਦਾਂ ਕਰਦੇ ਹਾਂ। ਵੇਖੋ ਜੀ ਪੈਸਾ, ਗੁਰੂ ਸਾਹਿਬ ਜਦੋਂ ਆਹ ਬਚਨ ਇਹ ਸੁਣਨਗੇ, ਇਹ ਕਹਿਣਗੇ ਤੁਸੀਂ ਲਾਗੂ ਕਰੋ, ਅਸੀਂ ਤਾਂ ਕਰੀ ਬੈਠੇ ਹਾਂ। ਆਹ ਲੋਕ ਬੁੱਕਾਂ 'ਤੇ ਜਿੰਨੇ ਸਾਡੇ ਵਾਲੇ ਰੋਂਦੇ ਆ, ਗੋਰੇ ਨਹੀਂ ਰੋਂਦੇ ਹੋਣੇ, ਕਹਿਣਗੇ ਵਧੀਆ ਜਿੰਮ ਕਰਿਆ ਕਰਾਂਗੇ, ਰੈਸਟ ਕਰਿਆ ਕਰਾਂਗੇ। ਸਾਡੇ ਵਾਲੇ ਜਿਵੇਂ ਹੁਣ ਰਾਤ ਆਪਾਂ ਗੱਲ ਕਰਦੇ ਸੀ ਵੀ ਉਹ ਤਾਂ ਕਹਿੰਦੇ ਆ 8 ਘੰਟੇ 10 ਘੰਟੇ ਟਰੱਕ ਚਲਾਓ, ਆਰਾਮ ਨਾਲ ਚਲਾਵਾਂਗੇ। ਮੈਨੂੰ ਮੈਂ ਕਿਹੜਾ ਗੋਰਿਆਂ ਨੂੰ ਜਾਣਦਾ, ਤੁਸੀਂ ਉਹੀ ਦੱਸਦੇ ਹੈ ਵੀ ਗੋਰੇ ਤੇਜ਼ੀ ਰਿਲੈਕਸ ਜੇ ਹੋ ਕੇ ਕਰਦੇ ਆ ਕੰਮ। 5 ਦਿਨ ਕੰਮ ਕੀਤਾ, 2 ਦਿਨ ਛੱਕ ਛਕਾ ਲਿਆ, ਇੱਦਾਂ ਹੀ ਕਹਿੰਦੇ ਆ ਸਾਰੇ, ਇਹੀ ਦੱਸਦੇ ਆ। ਅਤੇ ਗੁਰੂ ਸਾਹਿਬ ਕਹਿੰਦੇ ਆ ਆਪਣਾ ਕਮਾਉਣਾ ਖਾਣਾ ਆ, ਬਹੁਤਾ ਜੋੜਨ ਦੇ ਚੱਕਰ 'ਚ ਨਾ ਪੈ ਜੀ, ਬਸ ਜਿੰਨਾ ਕੁ ਤੇਰਾ ਸੌਖਾ ਚੱਲਦਾ ਚਲਾਈ ਚੱਲ। ਹਾਂ ਕਈ ਸੌਖੇ ਭਾਵੇਂ ਅਰਬਾਂ ਕਮਾ ਲਏ, ਪਰ ਰਹੀ ਸੌਖਾ ਰਿਲੈਕਸ ਰਹਿ ਕੇ ਭਾਵੇਂ ਅਰਬਾਂ ਕੀਤੀ। ਕਈ ਬੰਦੇ ਦਿਮਾਗ ਹੀ ਇੰਨਾ ਬਿਜ਼ਨਸ ਵਿੱਚ, ਕਈਆਂ ਦਾ ਬਿਜ਼ਨਸ ਦੇ ਵਿੱਚ ਐਂ ਦਿਮਾਗ ਨੇ ਕਈਆਂ ਦੇ, ਅਤੇ ਭਾਈ ਤੂੰ ਜੇ ਰਿਲੈਕਸ ਰਹਿ ਕੇ ਅਰਬਾਂਪਤੀ ਵੀ ਬਣ ਸਕਦਾ ਬਣ ਜਾ, ਪਰ ਰਹੀ ਰਿਲੈਕਸ, ਫਸ ਨਾ ਜਾਈ ਵਿੱਚ। ਹਾਂ ਤੇਰੇ 'ਚ ਪਾਵਰ ਜ਼ਿਆਦਾ, ਦਿਮਾਗ ਜ਼ਿਆਦਾ ਕੰਮ ਕਰਦਾ, ਆਈਡੀਏ ਬਹੁਤ ਆਉਂਦੇ ਆ ਤੈਨੂੰ, ਆਈਡੀਏ ਇੱਦਾਂ ਦੇ ਹੋਣ ਕਿ ਤੂੰ ਕਰ ਲੈ, ਪਰ ਇਹ ਨਾ ਹੋਵੇ ਸ਼ਾਂਤੀ ਭੰਗ ਹੋਈ ਪਈ ਹੈ, ਦਿਮਾਗ ਪਾਗਲ ਹੋਇਆ ਪਿਆ, ਢਿੱਡ ਇੱਥੇ ਆਇਆ ਪਿਆ, ਕੀ ਹੋ ਗਿਆ, ਜਿੰਮ ਜੁੰਮ ਨਹੀਂ ਜਾਇਆ ਜਾਂਦਾ, ਤੁਰਿਆ ਨਹੀਂ ਜਾਂਦਾ, ਸਾਹ ਹੱਫੜਿਆ ਪਿਆ, ਕੀ ਹੋਇਆ? ਕਹਿੰਦੇ ਜੀ ਪੈਸਾ ਕਮਾ ਰਹੇ ਹਾਂ। ਫਿਰ ਗਲਤ ਹੈ, ਫਿਰ ਗਲਤ ਹੈ। ਤੁਸੀਂ ਰਿਲੈਕਸ ਰਹਿ ਕੇ ਅਰਬਾਂ ਕਮਾ ਲਓ, ਬਿਲੀਅਨ ਕਮਾ ਲਓ, ਪਰ ਆਪਣੇ ਆਪ ਨੂੰ ਰਿਲੈਕਸ ਰੱਖਿਓ, ਭਟਕਣਾ ਨਹੀਂ ਕਦੇ, ਸ਼ਾਂਤੀ ਰੱਖਣੀ ਹੈ, ਪੀਸ ਆਫ ਮਾਇੰਡ, ਇਹ ਜਾਣਾ ਨਹੀਂ ਚਾਹੀਦਾ ਕਦੇ। ਆਹ ਬੜਾ ਰਿਲੈਕਸ ਰਹਿਣਾ ਜ਼ਰੂਰੀ ਹੈ, ਸ਼ਾਂਤ ਰਹਿਣਾ ਬੜਾ ਜ਼ਰੂਰੀ ਹੈ, ਸਹਿਨਸ਼ੀਲਤਾ ਰੱਖਣੀ ਬੜੀ ਜ਼ਰੂਰੀ ਹੈ। ਸਹਿਨਸ਼ੀਲਤਾ ਸਭ ਤੋਂ ਵੱਡਾ ਗੁਣ ਹੈ, ਜਿੱਥੇ ਮਰਜ਼ੀ ਲਾ ਲਿਓ ਜ਼ਿੰਦਗੀ 'ਚ, ਇੱਕੋ ਗੁਣ ਡਿਵੈਲਪ ਕਰ ਲਓ, ਹੈਗਾ ਤੁਹਾਡੇ 'ਚ ਵੀ ਹੈ, ਮੇਰੇ 'ਚ ਵੀ ਹੈ, ਆਪਣੇ ਸਾਰਿਆਂ 'ਚ ਇਹ ਗੁਣ ਇਹ ਕੁਆਲਿਟੀ ਹੈ, ਪਰ ਇਹਨੂੰ ਥੋੜ੍ਹਾ ਜਿਹਾ ਬਾਹਰ ਕੱਢੋ। ਜਿਵੇਂ ਗੁੱਸਾ ਨਹੀਂ ਕਈਆਂ ਨੂੰ ਜ਼ਿਆਦਾ ਆਉਂਦਾ, ਕਈਆਂ ਨੇ ਗੁੱਸਾ ਬਹੁਤ ਕੱਢਿਆ, ਹਾਈਪਰ ਹੋ ਜਾਂਦੇ, ਕਾਮ ਬਹੁਤ ਵਧਾ ਲਿਆ ਕਈਆਂ ਨੇ, ਕਈ ਚੀਜ਼ਾਂ ਨੂੰ ਤੁਸੀਂ ਬਹੁਤ ਵਧਾਇਆ, ਪਾਣੀ ਦਿੱਤਾ ਕਈ ਗੁਣਾਂ ਨੂੰ, ਕਈ ਚੀਜ਼ਾਂ ਨੂੰ ਪਾਣੀ ਦੇਣਾ ਪੈਂਦਾ, ਸਾਡੇ ਅੰਦਰ ਹੀ ਨੇ ਸਾਰਾ ਕੁਝ, ਕਈਆਂ ਨੂੰ ਪਾਣੀ ਦੇ ਕੇ ਬਹੁਤ ਵਧਾ ਲਿਆ ਅਤੇ ਕਈ ਚੀਜ਼ਾਂ ਛੋਟੀਆਂ ਛੋਟੀਆਂ ਰਹਿ ਗਈਆਂ। ਕੁਝ ਕੁਆਲਿਟੀਜ਼ ਇੱਦਾਂ ਦੀਆਂ ਨੇ ਜਿਨ੍ਹਾਂ ਨੂੰ ਨੈਚੁਰਲ ਗੁਣ ਨੇ, ਕੁਦਰਤੀ ਗੁਣ, ਜਿਹਨੂੰ ਅਸੀਂ ਰੱਬੀ ਗੁਣ ਕਹਿੰਦੇ ਹਾਂ, ਵੀ ਰੱਬੀ ਗੁਣ। ਭਾਈ ਜਿਹਨੂੰ ਜਿਹੜੇ ਰੱਬ ਨੂੰ ਵੇਖਿਆ ਨਹੀਂ ਉਹਦੇ ਗੁਣ ਕਿੱਥੋਂ ਵੇਖ ਲਏ, ਜਿਹੜੇ ਰੱਬ ਨੂੰ ਸਮਝਿਆ ਨਹੀਂ ਜਾ ਸਕਦਾ ਉਹਦੇ ਗੁਣ, ਇਹ ਨੈਚੁਰਲ ਕੁਦਰਤੀ ਗੁਣ ਹੁੰਦੇ ਆ, ਕੁਦਰਤੀ ਗੁਣ। ਜਿਹੜੇ ਰੱਬ ਨੂੰ ਨਹੀਂ ਮੰਨਦੇ, ਸਤ ਸੰਤੋਖ ਦਇਆ ਧਰਮ ਧੀਰਜ ਉਹਨਾਂ ਵਿੱਚ ਵੀ ਹੈ,
ਉਹਨਾਂ ਦੇ ਵਿੱਚ ਵੀ ਇਹ ਕੁਆਲਿਟੀ ਹੈਗੀ ਹੈ, ਰੱਬ ਨੂੰ ਨਹੀਂ ਮੰਨਦੇ। ਪਰ ਇਹ ਨਹੀਂ ਹੈ ਵੀ ਉਹ ਬੰਦੇ ਹੁਣ ਹਰ ਇੱਕ ਦਾ ਗਲ ਵੱਢਦੇ ਫਿਰਦੇ ਆ, ਧੋਖੇਬਾਜ਼ ਹੈ, ਨਹੀਂ ਰੱਬ ਨੂੰ ਮੰਨਦੇ, ਕਦੇ ਚਰਚ ਨਹੀਂ ਗਏ, ਕਦੇ ਮੰਦਰ ਨਹੀਂ ਗਏ, ਕਦੇ ਗੁਰਦੁਆਰੇ ਨਹੀਂ ਗਏ। ਪਰ ਜ਼ਰੂਰੀ ਨਹੀਂ ਕਿ ਉਹ ਸੰਤੋਖੀ ਨਾ ਹੋਵੇ, ਦਇਆਵਾਨ ਨਾ ਹੋਵੇ, ਵੀ ਉਹ ਬੇਈਮਾਨ ਹੀ ਹੋਏਗਾ, ਇੱਦਾਂ ਨਹੀਂ। ਇਹ ਨੈਚੁਰਲ ਗੁਣ ਨੇ, ਕੁਆਲਿਟੀ ਹੈ, ਇਹ ਗੁਣ ਨੇ, ਇਹ ਪ੍ਰਗਟ ਕਰਨੇ ਆ। ਵੇਖੋ, ਸਹਿਨਸ਼ੀਲਤਾ ਦੇ ਗੁਣ ਨੂੰ ਪਾਣੀ ਦਿਓ, ਅਤੇ ਜੇ ਕਿਤੇ ਸਹਿਨਸ਼ੀਲਤਾ ਵਾਲਾ ਗੁਣ ਪ੍ਰਗਟ ਕਰ ਲਓ ਨਾ ਜ਼ਿੰਦਗੀ ਵਿੱਚ, ਜਿੱਥੇ ਇਹ ਕੰਮ ਆਏਗਾ, ਜਿੱਥੇ ਮਰਜ਼ੀ ਲਾ ਲਿਓ, ਜਿੱਥੇ ਮਰਜ਼ੀ। ਇਹ ਗੁਣ ਇੱਦਾਂ ਦਾ, ਕਲਗੀਧਰ ਜੀ ਦੇ ਵਿੱਚ ਕਿੰਨੀ ਕੁ ਸਹਿਨਸ਼ੀਲਤਾ ਹੋਏਗੀ, ਵੀ ਕੰਡਿਆਂ 'ਤੇ ਪਏ ਹੈ, ਕੰਡਿਆਂ 'ਤੇ, ਪਰ ਆਰਾਮ ਨਾਲ ਕਹਿੰਦੇ ਕੋਈ ਗੱਲ ਨਹੀਂ, ਰਿਲੈਕਸ, ਸਹਿਨਸ਼ੀਲ। ਪਰਵਾ ਆਨੰਦਪੁਰ ਛੱਡਤਾ, ਕਹਿੰਦੇ ਕੋਈ ਗੱਲ ਨਹੀਂ, ਸਹਿਣ ਕਰ ਗਏ, ਸਹਿਣ ਕਰ ਗਏ। ਬੱਚੇ ਸ਼ਹੀਦ ਹੋ ਗਏ ਜੀ, ਵੱਡੇ ਸਹਿਣ ਕਰ ਗਏ, ਛੋਟੇ ਸਹਿਣ ਕਰ ਗਏ, ਛੁਰਾ ਮਾਰਤਾ ਹੁਣ ਚੱਲੇ ਹਾਂ, ਮੌਤ ਵਾਸਤੇ ਵੀ ਸਹਿਨਸ਼ੀਲਤਾ ਚਾਹੀਦੀ ਹੈ। ਕਿਤੇ ਮੈਂ ਕਹਿੰਦਾ ਤੁਸੀਂ ਟ੍ਰੈਫਿਕ ਜਾਮ ਵਿੱਚ ਵੀ ਫਸ ਜਾਓ, ਕਈ ਤੁਸੀਂ ਵੇਖੇ ਆ ਐਂ ਸਟੇਅਰਿੰਗ 'ਤੇ ਹੱਥ ਮਾਰਨਗੇ, ਭੜਕੇ ਪਏ ਹੁੰਦੇ, ਕੀ ਹੋ ਗਿਆ, ਕਹਿੰਦੇ ਜਾਮ 'ਚ ਫਸ ਗਏ, ਅੱਕ ਗਏ। ਅਤੇ ਕਈ ਤੁਸੀਂ ਵੇਖੋਗੇ ਰਿਲੈਕਸ ਹੋਏ ਹੁੰਦੇ, ਵੀ ਫਸੇ ਹੋਏ ਆ, ਕੋਈ ਨਹੀਂ, ਅੱਜ 10 ਘੰਟੇ ਵੱਧ ਲੱਗ ਜਾਣਗੇ, ਅੱਜ 2 ਘੰਟੇ ਵੱਧ ਸਹੀ, ਉਹ ਰਿਲੈਕਸ। ਅਤੇ ਕਈ ਤੁਸੀਂ ਵੇਖੋਗੇ ਕਿੰਨੇ ਕਾਹਲੇ ਪੈਂਦੇ। ਬੱਚਿਆਂ ਨੂੰ ਪਾਲਣਾ ਸਹਿਜਸ਼ੀਲਤਾ, ਗੁਣ ਨੂੰ ਲਾ ਲਓ। ਬੱਚਾ ਤੁਹਾਡਾ ਨਲਾਇਕ ਨਿਕਲਿਆ, ਉੱਥੇ ਕੀ ਗੁਣ ਚਾਹੀਦਾ, ਫਿਰ ਸਹਿਨਸ਼ੀਲਤਾ, ਸਹਿਨਸ਼ੀਲਤਾ। ਵਿਆਹ ਹੋ ਗਿਆ, ਉਹ ਬੀਬੀ ਕਈ ਵਾਰੀ ਕਪੱਤੀ ਆ ਜਾਂਦੀ ਹੈ, ਉੱਥੇ ਕੀ ਚਾਹੀਦਾ, ਇਹ ਤੁਹਾਨੂੰ ਤਾਂ ਜ਼ਿਆਦਾ ਹੀ ਚਾਹੀਦਾ, ਅੱਜ ਕੱਲ੍ਹ ਤਾਂ ਇਸ ਗੁਣ ਦੀ ਬਹੁਤ ਲੋੜ ਹੈ। ਅਤੇ ਬੀਬੀ ਉਹ ਕਈ ਵਾਰੀ ਅੱਗੇ ਵਾਲਾ ਪੁੱਠਾ ਮਿਲ ਜਾਂਦਾ, ਬੀਬੀਆਂ ਨੂੰ ਵੀ ਕਹਿ ਦਈਏ ਥੋੜ੍ਹਾ ਜਿਹਾ, ਉੱਥੇ ਕੀ ਚਾਹੀਦਾ ਭਲਾ, ਉੱਥੇ ਵੀ ਸਹਿਨਸ਼ੀਲਤਾ, ਵੀ ਸਹਿਣ ਕਰੋ ਆਪਣੇ ਆਪ ਨੂੰ, ਜਿੰਨਾ ਤੁਸੀਂ ਕੂਲ ਰੱਖ ਸਕਦੇ ਹੈ ਇਸ ਗੁਣ ਨੂੰ, ਇਹਨੂੰ ਪਾਣੀ ਦਿਓ, ਇਸ ਗੁਣ ਨੂੰ ਡਿਵੈਲਪ ਕਰ ਲਓ, ਇਹ ਤੁਹਾਡੀ ਕੁਆਲਿਟੀ ਹਰ ਜਗ੍ਹਾ ਕੰਮ ਆਊ। ਇਕੱਲਾ ਪੂਰੇ ਦਾ ਪੂਰਾ ਪੈਕੇਜ ਹੈ ਜ਼ਿੰਦਗੀ 'ਚ, ਹਰ ਜਗ੍ਹਾ ਕੰਮ ਆਏਗਾ, ਇਹ ਗੁਣ ਹੈ, ਇਹ ਬਹੁਤ ਵੱਡਾ। ਸਾਰੀ ਜ਼ਿੰਦਗੀ 'ਚ ਕਦੇ ਵੀ ਕੋਈ ਦੁੱਖ ਸੁੱਖ ਆ ਜਾਵੇ, ਵੇਖੋ ਜੇ ਅੱਡ ਅੱਡ ਵੀ ਹੋਣਾ ਹੈ, ਉੱਥੇ ਵੀ ਸਹਿਨਸ਼ੀਲਤਾ ਦੇ ਨਾਲ ਹੋਣਾ, ਰਿਲੈਕਸ ਹੋ ਕੇ ਅੱਡ ਅੱਡ ਹੋ ਜਾਓ, ਕੋਈ ਗੱਲ ਨਹੀਂ। ਕਿਸੇ ਨੇ ਕੋਈ ਚਾਰ ਗੱਲ, ਮਤਲਬ ਆਪਣੇ ਆਪ ਨੂੰ ਰੱਖਣਾ ਪੈਣਾ, ਇੱਦਾਂ ਇਹਨੂੰ ਡਿਵੈਲਪ ਕਰਕੇ ਵੇਖੋ, ਇਹ ਗੁਣ ਹੈ, ਇਹ ਕੁਆਲਿਟੀ ਹੈ। ਅਤੇ ਨਿੱਕੇ ਨਿੱਕੇ ਬੱਚੇ, ਅਸੀਂ ਇੰਨੇ ਮੋਹ ਵਿੱਚ ਫਸ ਜਾਂਦੇ ਹਾਂ, ਜਿੱਦਣ ਬੱਚਾ 25 ਸਾਲ ਦਾ ਕਹਿੰਦਾ ਮੈਂ ਆਪਣੀ ਮਰਜ਼ੀ ਕਰਨੀ ਹੈ, ਉੱਥੇ ਅਸੀਂ ਸਾਰੇ ਚੀਕਾਂ ਮਾਰਦੇ ਹਾਂ ਮੋਹ ਵਿੱਚ, ਅਸੀਂ ਕਹਿੰਦੇ ਹਾਂ ਮੋਹ 'ਚ ਫਸਣਾ ਨਹੀਂ, ਸਾਨੂੰ ਬਾਣੀ ਸਮਝਾਉਂਦੀ ਹੈ, ਸਾਰੇ ਫਸੇ ਹੋਏ, ਸਾਰੇ ਪੁੱਠੇ ਕੰਮ ਕਰਦੇ ਹਾਂ, ਬਾਣੀ ਨੇ ਸਮਝਾਇਆ ਜੀ ਸਾਡੇ ਅਰਥ ਕੀ ਹੋਇਆ, ਤੋਤਿਆਂ ਦੇ ਪੜ੍ਹਾਉਣ ਵਾਲਾ ਕੰਮ ਨਹੀਂ। ਵੀ ਸ਼ਿਕਾਰੀ ਨੇ ਤਰਸ ਕੀਤਾ, ਉਹ ਕਹਿੰਦਾ ਸ਼ਿਕਾਰੀ ਆਉਂਦਾ, ਜਾਲ ਲਾਉਂਦਾ, ਤੋਤਿਆਂ ਨੂੰ ਫੜ ਕੇ ਲੈ ਜਾਂਦਾ। ਇੱਕ ਬੰਦੇ ਨੇ ਤਰਸ ਕੀਤਾ, ਸਾਧ ਨੇ, ਉਹ ਕਹਿੰਦਾ ਮੈਂ ਤੋਤਿਆਂ ਨੂੰ ਸਮਝਾ ਦਿੰਦਾ, ਸਮਝ ਜਾਣਗੇ। ਉਹਨੇ ਕੀ ਸਮਝਾਇਆ, ਉਹ ਕਹਿੰਦਾ ਓਏ ਤੋਤੇ, ਉਹ ਗੱਲ ਸੁਣੋ, ਸ਼ਿਕਾਰੀ ਆਏਗਾ, ਜਾਲ ਲਾਏਗਾ, ਚੋਗਾ ਪਾਏਗਾ, ਚੋਗਾ ਚੁਗਣਾ ਨਹੀਂ, ਜਾਲ ਵਿੱਚ ਫਸਣਾ ਨਹੀਂ, ਰੱਟਾ ਲਾ ਲਓ। ਸਾਰਿਆਂ ਨੇ ਰੱਟਾ ਲਾ ਲਿਆ, ਤੋਤੇ ਮਗਰ ਮਗਰ ਬੋਲੀ ਜਾਣ, ਸ਼ਿਕਾਰੀ ਆਏਗਾ, ਜਾਲ ਲਾਏਗਾ, ਚੋਗਾ ਪਾਏਗਾ, ਚੋਗਾ ਚੁਗਣਾ ਨਹੀਂ, ਜਾਲ 'ਚ ਫਸਣਾ ਨਹੀਂ। ਸ਼ਿਕਾਰੀ ਆਇਆ, ਜਾਲ ਲਾਇਆ, ਚੋਗਾ ਪਾਇਆ, ਅਤੇ ਸਾਰੇ ਹੀ ਜਗ ਚੁਗਣ ਲੱਗ ਗਏ। ਜਦੋਂ ਚੁਗਣ ਲੱਗ ਗਏ ਸਾਰੇ ਫਸ ਗਏ, ਅਤੇ ਫਸੇ ਹੋਏ ਨੂੰ ਇੱਦਾਂ ਚੱਕੀ ਲਿਜਾਵੇ, ਫਿਰ ਵੀ ਗਈ ਜਾਣ, ਸ਼ਿਕਾਰੀ ਆਏਗਾ, ਚੋਗਾ ਫਸੇ ਹੋਏ ਆ। ਇੱਦਾਂ ਆਪਾਂ ਸਾਰੇ ਇੱਦਾਂ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ, ਇਹ ਉਹ ਤੋਤਿਆਂ ਵਾਲੇ ਰੱਟੇ ਹੈ, ਫਸੇ ਹੋਏ ਹੈ, ਕਹੀ ਜਾਂਦੇ ਆ ਵੀ ਫਸਣਾ ਨਹੀਂ, ਮੋਹ 'ਚ ਨਹੀਂ ਫਸਣਾ। ਵੇਖੋ ਬੰਦਾ ਕਿਵੇਂ ਕਮਲਾ ਹੋਇਆ। ਆਪ ਗਾਉਂਦੇ ਜ਼ਰੂਰ ਹਾਂ, ਪਰ ਇਹ ਪ੍ਰੈਕਟੀਕਲ ਨਹੀਂ, ਗੁਰਬਾਣੀ ਦੇ ਰੱਟੇ 'ਤੇ ਲਾ ਲਏ, ਸ਼ਬਦ ਕੰਠ 'ਤੇ ਕਰ ਲਏ, ਪਰ ਸਾਰੇ ਉਹ ਕੰਠ ਵੀ ਹੈ, ਯਾਦ ਵੀ ਹੈ, ਬੋਲਦੇ ਵੀ ਹਾਂ, ਗਾਉਂਦੇ ਵੀ ਹਾਂ, ਪਰ ਕਰ ਨਹੀਂ ਰਹੇ, ਪ੍ਰੈਕਟੀਕਲ ਨਹੀਂ ਹੈ। ਇਹਨਾਂ ਸ਼ਬਦਾਂ ਨੂੰ ਪ੍ਰੈਕਟੀਕਲ ਕਰਨਾ, ਲਾਗੂ ਕਰਨਾ। ਆਹ ਸ਼ਬਦ ਵੇਖੋ ਲਓ ਸਾਰੇ, ਮਾਟੀ ਕੋ ਪੁੱਤਰਾ, ਮਾਟੀ ਕੋ ਪੁੱਤਰਾ,
ਕੈਸੀ ਨਚਤ ਹੈ ਮਾਟੀ ਕੋ ਪੁੱਤਰਾ ਕੈਸੀ ਨਚਤ ਹੈ ਮਾਟੀ ਕੋ ਪੁੱਤਰਾ ਕੈਸੀ ਨਚਤ ਹੈ ਮਾਟੀ ਕੋ ਪੁੱਤਰਾ ਕੈਸੀ ਨਚਤ ਦੇਖੇ ਦੇਖੇ ਸੁਨੇ ਬੋਲੇ ਦੇਖੇ ਦੇਖੇ ਸੁਨੇ ਬੋਲੇ ਦਾਰਿਓ ਫਿਰਤ ਹੈ ਮਾਟੀ ਕੋ ਪੁੱਤਰਾ ਕੈਸੀ ਨਚਤ ਹੈ ਮਾਟੀ ਕੋ ਸੁਣਦਾ ਹੈ ਬੋਲਦਾ ਹੈ ਸੁਣਦਾ ਬਹੁਤ ਕੁਛ ਹੈ ਗਿਆਨ ਬੋਲਦਾ ਵੀ ਬਹੁਤ ਕੁਛ ਪਰ ਫਿਰ ਵੀ ਭੱਜਿਆ ਹੀ ਫਿਰਦਾ ਦੌੜਿਆ ਹੀ ਫਿਰਦਾ ਸਾਰਿਆਂ ਰਸਾਂ ਦੇ ਚਸਕਿਆਂ ਦੇ ਵਿੱਚ ਪਿਆ ਚਸਕਿਆਂ ਦੇ ਵਿੱਚ ਪਿਆ ਭੱਜਿਆ ਹੀ ਫਿਰਦਾ ਹਾਂਜੀ ਜਬ ਕੱਛ ਪਾਵੇ ਤਬ ਗਰਬ ਕਰਤ ਸਾਰਿਆਂ ਨੂੰ ਵਿਖਾਉਂਦਾ ਹੈ ਜਿਹਦੇ ਮੁੰਡੇ ਦਾ ਵਿਆਹ ਕਰਨਾ ਹੁੰਦਾ ਨਾ ਇੱਥੇ ਕਾਰਡ ਇਹਨਾਂ 'ਤੇ ਪੈਸੇ ਚੱਕ ਚੱਕ ਕੇ ਲੱਖ ਲੱਖ ਡਾਲਰ ਲੈ ਜਾਣਗੇ ਕੀ ਕਰਨਾ ਕਹਿੰਦੇ ਬਹਿ ਜਾ ਕਰਾ ਕੇ ਆਵਾਂਗੇ ਵਿਆਹ ਕਰਕੇ ਆਇਆ ਮੁੜ ਕੇ ਚਾਰ ਚਾਰ ਸਾਲ ਚਲਾ ਚਲਾ ਟਰੱਕ ਕਿਸ਼ਤਾਂ ਲਾਉਣਗੇ ਬਹਿ ਜਾ ਦੇ ਮਾਰੇ ਇੱਕ ਦਿਨ ਵਿੱਚ ਖਾ ਜਾਂਦੇ ਅਗਲੇ ਪਿੰਡ ਵਾਲੇ ਰਿਸ਼ਤੇਦਾਰ ਦੋ ਹਜ਼ਾਰ ਰੁਪਈਆ ਕਹਿੰਦੇ ਪਰ ਹੈੱਡ ਪੰਜ ਸੌ ਬੰਦਾ ਬੁਲਾ ਲੈਣਾ ਪੰਜ ਸੌ ਬੰਦਾ ਇਲਾਕੇ 'ਚ ਪਤਾ ਲੱਗੇ ਚੰਗਾ ਗਾਉਣ ਵਾਲਾ ਸੱਦੀਏ ਪੰਜ ਸਾਲ ਮੁੜ ਕੇ ਟਰੱਕ ਦੀ ਸੀਟ 'ਤੇ ਬਹਿ ਕੇ ਬੁਰਾ ਹਾਲ ਕਰਾ ਲੈਂਦਾ ਅਤੇ ਕਈ ਰਿਸ਼ਤੇਦਾਰ ਤੇਰੇ ਇਹੋ ਜਿਹੇ ਹੈ ਜਿਨ੍ਹਾਂ ਨੇ ਇੰਨਾ ਹੀ ਕਹਿ ਦੇਣਾ ਉਹ ਉੱਥੇ ਇਹ ਵੀ ਚਿੱਟੇ ਦਾ ਹੀ ਕੰਮ ਕਰਦਾ ਲੈ ਸਵਾਦ ਜਿਹਨੇ ਤੈਨੂੰ ਇੱਦਾਂ ਕਹਿਣਾ ਤੂੰ ਬੜਾ ਵਧੀਆ ਬਣ ਕੇ ਜਾ ਤੈਨੂੰ ਇੱਦਾਂ ਹੀ ਕਹਿਣਗੇ ਦੋ ਨੰਬਰੀ ਆ ਇਹ ਉਹ ਯਾਰ ਸਾਡਾ ਫਲਾਣਾ ਰਿਸ਼ਤੇਦਾਰ ਰਹਿੰਦਾ ਉਹਦੇ ਕੋਲ ਤਾਂ $2,000 ਨਹੀਂ ਬਣਦਾ ਇਹ ਕਿਵੇਂ ਬਣਾਈ ਜਾਂਦਾ ਉਹਨੇ ਤੈਨੂੰ ਉਸੇ ਵੇਲੇ ਇਨਾਮਦਾਰੀ ਦੇ ਦੇਣੀ ਹੈ ਤਾਂ ਕਰਕੇ ਆਪਣਾ ਹਿਸਾਬ ਕਿਤਾਬ ਵੀ ਰੱਖਿਆ ਕਰੋ ਬਾਕੀ ਸਾਡੇ ਵਾਲੇ ਆ ਜਾਓ ਜੀ ਤੈਨੂੰ ਅਸੀਂ ਟੂਰਨਾਮੈਂਟ ਕਰਾ ਰਹੇ ਹਾਂ ਤੈਨੂੰ ਚੀਫ ਗੈਸਟ ਬਣਾ ਕੇ ਇੱਥੇ ਲਾ ਕੇ ਬਿੱਲਾ ਜਿਹਾ ਪਾ ਦੇਣਗੇ ਕਹੇਗਾ ਮੇਰਾ ਪਿੰਡ ਬੜਾ ਸਤਿਕਾਰ ਕਰਦਾ ਤੇਰੇ ਲੱਖ ਰੁਪਈਏ ਦਾ ਕਰਦਾ ਤੈਨੂੰ ਕਿਹੜਾ ਪੁੱਛਦਾ ਉੱਥੇ ਹੀ ਗੇੜੇ ਦੇ ਕੇ ਆਇਆ ਤੂੰ ਅੱਗੇ ਸਕੂਟਰ 'ਤੇ ਉੱਥੇ ਹੀ ਫਿਰਦਾ ਹੁੰਦਾ ਸੀ ਤੂੰ ਤੇਰੀ ਬੱਲੇ ਬੱਲੇ ਆ ਉਹ ਕਹਿੰਦਾ ਹੈ ਪਰਸੂ ਪਰਸਾ ਪਰਸ ਰਾਮ ਮਾਇਆ ਤੇਰੇ ਤੀਨ ਨਾਮ ਮਾਇਆ ਕਹਿੰਦੇ ਹੈ ਨਹੀਂ ਸੀ ਮੈਨੂੰ ਕਹਿੰਦੇ ਸੀ ਪਰਸੂ ਚਾਰ ਪੈਸੇ ਆ ਗਏ ਕਹਿੰਦੇ ਪਰਸਾ ਕਹਿੰਦੇ ਹੁਣ ਮੈਂ ਲੋਕਾਂ ਦੀ ਮਦਦ ਕਰਦਾ ਕਹਿੰਦੇ ਸੇਠ ਪਰਸ ਰਾਮ ਜੀ ਇਹ ਕਹਿੰਦੇ ਮੇਰੇ ਨਾਂ ਨਹੀਂ ਮਾਇਆ ਦੇ ਹੀ ਨਾਮ ਹੈ ਇਹ ਤਾਂ ਅਗਲਾ ਆਪਣੇ ਕਰਕੇ ਕਰਦਾ ਇਸ ਗੱਲ ਦਾ ਖਿਆਲ ਰੱਖੀਏ ਭਰਾਵੋ ਇਹਨਾਂ ਗੱਲਾਂ ਨੂੰ ਸਮਝੀਏ ਆਪਣੀ ਜ਼ਿੰਦਗੀ ਜਿਉਣੀ ਹੈ ਲੋਕਾਂ ਵੱਲ ਨਾ ਵੇਖੋ ਦੁਨੀਆ ਦੀ ਬੱਲੇ ਬੱਲੇ ਅਤੇ ਜਿੱਦਣ ਉਹ ਬੱਲੇ ਬੱਲੇ ਘਟਦੀ ਹੈ ਬੰਦਾ ਓਨਾ ਹੀ ਡਿਸਟਰਬ ਹੁੰਦਾ ਹੈ ਜਿੱਦਣ ਚਾਰ ਜੇ ਤੁਸੀਂ ਨਾ ਆਉਂਦਾ ਵੇਖੋ ਨਾ ਜਾਂਦਾ ਵੇਖੋ ਜਿੰਨਾ ਬੱਲੇ ਬੱਲੇ ਨੂੰ ਵੇਖੋਗੇ ਓਨਾ ਜਿੱਦਣ ਲੋਕ ਮਾੜਾ ਕਹਿਣਗੇ ਓਨਾ ਹੀ ਦੁਖੀ ਹੋਵੋਗੇ ਤੁਸੀਂ ਬੈਲੈਂਸ ਆਪਣੇ ਮਾਇੰਡ ਨੂੰ ਰੱਖਣਾ ਪੈਣਾ ਆਪਣੇ ਆਪ ਨੂੰ ਕੱਲ੍ਹ ਅਸੀਂ ਗੱਲ ਕਰਦੇ ਸੀ ਬੈਠੇ ਬਾਹਰਲੇ ਪਾਸੇ ਟੈਂਪਰੇਚਰ ਮਾਈਨਸ ਚੱਲਿਆ ਜਾਂਦਾ ਹੈ ਪਰ ਘਰ ਦਾ ਟੈਂਪਰੇਚਰ ਤੁਸੀਂ 70 'ਤੇ ਕਰ ਲੈਂਦੇ ਹੈ 70 ਕਰ ਦਿਓ ਬਈ 67 ਕਰ ਦਿਓ ਬਈ ਇੱਦਾਂ ਕਰ ਲੈਂਦੇ ਹਾਂ ਨਾ ਬਾਹਰ 70 ਬਾਹਰ ਮਾਈਨਸ ਚੱਲਿਆ ਜਾਂਦਾ ਹੈ ਘਰ ਦਾ 70 ਬਾਹਰ 110 ਚੱਲਿਆ ਜਾਂਦਾ ਹੈ ਘਰ ਦਾ ਫਿਰ 70 ਬਾਹਰ ਜੋ ਮਰਜ਼ੀ ਹੋਈ ਜਾਏ ਤੈਨੂੰ ਟੈਂਪਰੇਚਰ ਇੱਥੋਂ ਆਪਣਾ ਸੈੱਟ ਕਰਨਾ ਪੈਣਾ ਇੱਥੋਂ ਮਾਈਂਡ ਦਾ ਇਹਦੀ ਇਹਨੂੰ ਰੈਡੀ ਕਰਨਾ ਪੈਣਾ ਬਾਹਰ ਜੋ ਮਰਜ਼ੀ ਹੋਣ ਦਿਓ ਆਪਣਾ ਟੈਂਪਰੇਚਰ ਜੇ ਤੈਨੂੰ ਸੈੱਟ ਨਹੀਂ ਕਰਨਾ ਆਉਂਦਾ ਤਾਂ ਪ੍ਰੋਬਲਮ 'ਚ ਜਾਏਗਾ ਇਹਨੂੰ ਸੈੱਟ ਕਰੋ ਬਾਹਰ ਜੋ ਮਰਜ਼ੀ ਹੋਵੇ ਇਹਨੂੰ ਆਪਣੇ ਆਪ ਦੀ ਟਿਊਨਿੰਗ ਕਰਨੀ ਸਿੱਖ ਲੈ ਆਪਣੀ ਟਿਊਨਿੰਗ ਕਰਨੀ ਸਿੱਖ ਲੈ ਸੌਖਾ ਰਹੇਗਾ ਬਾਹਰ ਨਹੀਂ ਬਦਲਿਆ ਜਾ ਸਕਦਾ ਬਾਹਰ ਕਦੇ ਕੋਈ ਤੂਫਾਨ ਕਦੇ ਕੋਈ ਬਾਹਰਲੇ ਮੌਸਮ ਬਦਲਦੇ ਰਹਿਣਗੇ ਪਰ ਅੰਦਰਲਾ ਤੂੰ ਇੱਕ ਰੱਖ ਬੈਲੈਂਸ ਆਪਣੇ ਮਾਈਂਡ ਨੂੰ ਬੈਲੈਂਸ ਰੱਖੋ ਇਹ ਤੁਹਾਡੇ ਹੱਥ ਹੈ ਜਿਵੇਂ ਘਰ ਦਾ ਟੈਂਪਰੇਚਰ ਤੇਰੇ ਹੱਥ ਹੈ ਕਿ ਨਹੀਂ ਹੈ ਬਾਹਰ ਵਾਲਾ ਤਾਂ ਨਹੀਂ ਨਾ ਸਾਡੇ ਹੱਥ ਪਰ ਆਪਣੇ ਘਰ ਦਾ ਤਾਂ ਹੱਥ 'ਚ ਹੈ
ਆਪਣੇ ਮਾਈਂਡ ਨੂੰ ਕਿੱਦਾਂ ਰੱਖਣਾ, ਮਾਈਂਡ ਸੈੱਟ ਕਿੱਦਾਂ ਰੱਖਣਾ, ਇਹ ਤੂੰ ਕਰ ਸਕਦਾ। ਇਹਨੂੰ ਆਪਣੇ ਆਪ ਨੂੰ ਕਰਕੇ ਰੱਖਿਓ। ਲੋਕਾਂ ਮਗਰ ਲੱਗ ਕੇ ਨਹੀਂ, ਫਲਾਣਾ ਰਿਸ਼ਤੇਦਾਰ ਆਇਆ ਸੀ ਉਹਨੇ ਤਾਂ ਇੱਦਾਂ ਦਾ ਘਰ ਖਰੀਦ ਲੈਣ ਦੇ, ਉਹਨੂੰ ਤੂੰ ਛੋਟੇ 'ਚ ਅਜੇ ਰਹਿ ਲਾ, ਅਜੇ ਕਿਰਾਏ 'ਤੇ ਰਹਿ ਲਾ, ਪਰ ਅੱਡੀਆਂ ਚੁੱਕ ਕੇ ਫਾਹਾ ਨਹੀਂ ਲੈਣਾ। ਅੱਡੀਆਂ ਚੁੱਕ ਕੇ ਫਾਹਾ ਥੋੜ੍ਹਾ ਲੈਣਾ, ਆਪਣੇ ਆਪ ਨੂੰ ਰਿਲੈਕਸ ਰੱਖਣਾ। ਜ਼ਿੰਦਗੀ ਜਿਉਣੀ ਹੈ, ਟਾਈਮ ਪਾਸ ਨਹੀਂ ਕਰਨਾ, ਜ਼ਿੰਦਗੀ ਜਿਉਣ ਆਏ ਹਾਂ ਇੱਥੇ। ਅਤੇ ਸਾਡੇ 'ਤੇ ਜਿੱਦਣ ਆਉਂਦੀ ਹੈ ਉਦੋਂ ਵੀ ਹੱਸਦੇ ਹਾਂ ਤਾਂ ਵੀ ਲੋੜ ਤੋਂ ਵੱਧ, ਅਤੇ ਜਿੱਦਣ ਚੀਕਾਂ ਮਾਰਦੇ ਹਾਂ ਉਦਣ ਵੀ ਲੋੜ ਤੋਂ ਵੱਧ, ਜਿੱਦਣ ਭੰਗੜਾ ਪਾਉਣਾ ਉਦਣ ਵੀ ਐਂ ਲੱਗਦਾ ਵੀ ਪਾਗਲ ਹੀ ਹੈ, ਅਤੇ ਜਿੱਦਣ ਰੋਣਾ ਹੈ ਉਦਣ ਵੀ, ਉਦਣ ਨਾਗਨ ਡਾਂਸ ਕਰਦਾ ਹੈ ਜਿੱਦਣ ਭੰਗੜਾ ਪਾਉਂਦਾ ਹੈ, ਅਤੇ ਜਿੱਦਣ ਇਹਨੂੰ ਕੋਈ ਤਕਲੀਫ ਆਉਂਦੀ ਹੈ ਉਦਣ ਵੀ ਨਾਗ ਵਾਂਗੂ ਮੇਲਦਾ। ਫਿਰ ਹੁਣ ਕਹਿੰਦੇ ਮੈਂ ਰੋ ਰਿਹਾ, ਮੈਂ ਦੁਖੀ ਹਾਂ, ਸਾਰੀ ਦੁਨੀਆਂ ਨੂੰ ਦੱਸਦਾ। ਅਤੇ ਇੱਦਾਂ ਇੱਥੇ ਇੱਦਾਂ ਦੇ ਲੋਕ ਵੀ ਵੇਖੇ ਆ ਮੈਂ ਵੀਰੋ, ਅਮਰੀਕਾ ਤੋਂ ਜਾਣਗੇ 4 ਵਜੇ ਆਨੰਦ ਕਾਰਜ ਕਰਾ ਕੇ, 4:30 ਵਜੇ ਗੁਰਦੁਆਰੇ ਦੇ ਵਿੱਚ ਹੀ ਪੀ ਕੇ ਚਾਹ ਘਰ ਨੂੰ ਚਲੇ ਗਏ, ਪਤਾ ਹੀ ਨਹੀਂ ਲੱਗਾ ਕਦੋਂ ਆਨੰਦ ਕਾਰਜ ਹੋ ਗਏ। 5-7 ਜੀਅ ਉਹਨਾਂ ਦੇ, 5-7 ਜੀਅ ਉਹਨਾਂ ਦੇ, ਇੱਦਾਂ ਹੁੰਦੇ ਆ ਆਨੰਦ ਕਾਰਜ, ਇਹੋ ਜਿਹੇ ਵੀ ਹੈਗੇ ਆ, ਇਹ ਇੱਥੇ ਵੀ ਹੈ। ਤਾਂ ਕਰਕੇ ਆਹ ਸ਼ਬਦਾਂ ਨੂੰ ਅਸੀਂ ਰਿਪੀਟ ਕਰੀਏ, ਮਾਈਂਡ 'ਚ ਬਿਠਾਓ। ਇਹ ਸਾਡੇ ਵਰਗੇ ਤਾਂ ਹੱਸਦੇ ਆ, ਲੈ ਇਹ ਤਾਂ ਬਣਾਇਆ ਹੀ ਕੁਛ ਨਹੀਂ। ਨਹੀਂ ਭਾਈ, ਆਪਣੇ ਆਪ ਨੂੰ ਰਿਲੈਕਸ ਰੱਖਣਾ ਪਹਿਲਾਂ ਜ਼ਰੂਰੀ ਹੈ। ਅੱਗੇ ਸੁਣ, ਜਬ ਕਛ ਪਾਵੇ ਤਬ ਗਰਬ ਕਰਤ ਹੈ, ਜਬ ਕਛ ਪਾਵੇ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ, ਦੇਖੇ ਦੇਖੇ ਸੁਣੇ ਬੋਲੇ, ਦੇਖੇ ਦੇਖੇ ਸੁਣੇ ਬੋਲੇ, ਦੌਰਿਓ ਫਿਰਤ ਹੈ ਮਾਟੀ ਕੋ ਪੁੱਤਰਾ, ਕੈਸੇ ਨਚਤ ਹੈ ਮਾਟੀ ਕੋ ਪੁੱਤਰਾ, ਕੈਸੇ ਨਚਤ ਹੈ, ਮਨ ਬਚ ਕ੍ਰਮ ਰਸ ਕਸੈ ਲੁਭਾਨਾ, ਮਨ ਬਚ ਕ੍ਰਮ ਰਸ ਬਿਨਸ ਗਿਆ ਜਾਏ ਕਹੂੰ ਸਮਾਨਾ, ਬਿਨਸ ਗਿਆ ਜਾਏ ਕਹੂੰ ਸਮਾਨਾ, ਦੇਖੇ ਦੇਖੇ ਸੁਣੇ ਬੋਲੇ, ਦੇਖੇ ਦੇਖੇ ਸੁਣੇ ਬੋਲੇ, ਦੌਰਿਓ ਫਿਰਤ ਹੈ ਮਾਟੀ ਕੋ ਪੁੱਤਰਾ, ਕੈਸੇ ਨਚਤ ਹੈ ਮਾਟੀ ਕੋ ਪੁੱਤਰਾ, ਕੈਸੇ ਨਚਤ ਹੈ, ਕਹਿ ਰਵਿਦਾਸ ਬਾਜੀ ਜਗ ਪਾਈ, ਕਹਿ ਰਵਿਦਾਸ ਬਾਜੀ ਜਗ ਪਾਈ, ਬਾਜੀ ਗਰ ਸੋਹੇ ਪ੍ਰੀਤ ਬਨ ਆਈ, ਬਾਜੀ ਗਰ ਦੇਖੇ ਦੇਖੇ ਸੁਣੇ ਬੋਲੇ, ਦੇਖੇ ਦੇਖੇ ਸੁਣੇ ਬੋਲੇ, ਦੌਰਿਓ ਫਿਰਤ ਹੈ ਮਾਟੀ ਕੋ ਪੁੱਤਰਾ, ਕੈਸੇ ਨਚਤ ਹੈ
माटी को पुत्रा कैसे बैठो पढ़ो जी माटी को कैसे नचत कहिंदे वेख लो किवें नचदा दिन रात